ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਂਜੀ ਕੱਲ ਵਾਲੀ ਗੱਲ ਕਿੰਨੀ ਪਿਆਰੀ ਸੀ ਨਾ ਕਿ ਮਹਾਰਾਜ ਜੀ ਕਹਿੰਦੇ ਕਿ ਜੇ ਤੁਸੀਂ ਕੁਝ ਸਿੱਖਣਾ ਕਿਸੇ ਕੋਲੋਂ ਤੇ ਉਹਨੂੰ ਸੁਣਾਂਗੇ ਤਾਂ ਹੀ ਸਿੱਖਾਂਗੇ ਨਾ ਤੇ ਕਹਿੰਦੇ ਕਿ ਜੇ ਆਪਾਂ ਉਹਦੇ ਸਾਹਮਣੇ ਛੋਟਾ ਨਹੀਂ ਮਹਿਸੂਸ ਕਰਦੇ ਆਪਣੇ ਆਪ ਨਾਲ ਹੀ ਇਹਦਾ ਮਤਲਬ ਕਿ ਜੇ ਆਪਣੇ ਅੰਦਰ ਜਿਹੜਾ ਸਮਝਾ ਰਿਹਾ ਉਹਦੇ ਲਈ ਸਤਿਕਾਰ ਨਹੀਂ ਹੈ ਤੇ ਆਪਾਂ ਕੁਝ ਸੁਣ ਹੀ ਨਹੀਂ ਸਕਦੇ ਤੇ ਕੁਝ ਵੀ ਸਿੱਖ ਨਹੀਂ ਸਕਦੇ ਤੇ ਉਹਨਾਂ ਦੱਸਿਆ ਕਿ ਨਿਮਰਤਾ ਜਿਹੜੀ ਹੁੰਦੀ ਹਲੇਮੀ ਉਹ ਤਾਂ ਆਉਂਦੀ ਹੈ ਜੇ ਆਪਾਂ ਦੂਸਰੇ ਦੇ ਸਾਹਮਣੇ ਆਪਣੇ ਆਪ ਨੂੰ ਛੋਟਾ ਦੇਖੀਏ। ਸੋ ਗੁਰੂ ਦੇ ਸਾਹਮਣੇ ਮਹਾਰਾਜ ਜੀ ਉਹਨਾਂ ਦਿਖਾਇਆ ਕਿ ਦੇਖ ਗੁਰੂ ਤੇਰੇ ਨਾਲ ਗੱਲਾਂ ਕਰ ਰਿਹਾ ਤੇ ਗੁਰੂ ਨੂੰ ਸੁਣ ਲਈ ਨੀਵੀਂ ਜਗ੍ਹਾ 'ਤੇ ਬੈਠਾਂਗੇ ਤਾਂ ਹੀ ਸੁਣਿਆ ਜੋ ਯੈਸਟਰਡੇ ਮਹਾਰਾਜ ਜੀ ਟੋਲਡ ਅਸ ਦੈਟ ਇਨ ਆਰਡਰ ਟੂ ਲਿਸਨ ਟੂ ਦ ਗੁਰੂ ਵੀ ਮਸਟ ਰਿਸਪੈਕਟ ਦੈਮ Only then we can learn, only then we can listen and learn from what is being said by him. And in order to have respect, we must be humble. Because if we are not humble, then having respect for others cannot happen. ਹਾਂਜੀ ਇਟਸ ਸੋ ਇੰਟਰਸਟਿੰਗ ਦ ਹੋਲ ਥਿੰਗ ਬਹੁਤ ਧਿਆਨ ਨਾਲ ਆਪਾਂ ਸਮਝਣਾ ਜੀ ਜੋ ਮਹਾਰਾਜ ਜੀ ਸਮਝਾ ਰਹੇ ਹਾਂਜੀ ਮਹਾਰਾਜ ਜੀ ਆਪਾਂ ਨੂੰ ਸਮਝਾ ਰਹੇ ਕਿ ਕਹਿੰਦੇ ਤੁਸੀਂ ਤਮਾਸ਼ੇ ਆਏ ਹੋ
ਅਤੇ ਤਮਾਸ਼ੇ ਜਦੋਂ ਆਪਾਂ ਦੇਖਣ ਜਾਂਦੇ ਹਾਂ ਤਾਂ ਕਾਹਦੇ ਲਈ ਜਾਂਦੇ ਹਾਂ? ਤਮਾਸ਼ਾ, ਮੂਵੀ ਵੀ ਇੱਕ ਤਮਾਸ਼ਾ ਹੈ ਨਾ, ਸੱਚ ਤਾਂ ਹੁੰਦਾ ਨਹੀਂ। ਆਪਾਂ ਤਮਾਸ਼ੇ ਵਿੱਚ ਜਾਂਦੇ ਹਾਂ ਮਨੋਰੰਜਨ ਲਈ, ਪਰ ਇਸ ਤਮਾਸ਼ੇ ਵਿੱਚ ਜੋ ਆਪਾਂ ਆਏ ਹਾਂ, ਇਸ ਤਮਾਸ਼ੇ ਵਿੱਚ ਆਪਾਂ ਨੂੰ ਭੇਜਿਆ ਗਿਆ ਹੈ, ਇਹ ਤਮਾਸ਼ਾ ਥੋੜ੍ਹਾ ਵੱਖਰਾ ਹੈ। ਇਸ ਨੂੰ ਸਮਝਣਾ ਹੈ। ਹਾਂਜੀ, ਮਹਾਰਾਜ ਜੀ ਇਸ ਟੈਲਿੰਗ ਅਸ ਦੈਟ ਯੂ ਆਰ ਹੇਅਰ ਇਨ ਅ ਸ਼ੋ, ਯੂ ਆਰ ਹੇਅਰ ਇਨ ਅ ਸ਼ੋ, and when we go to see a show in the world, we go there for entertainment, amusement, recreation, etc. Hana? But this tamasha is different. Haan ji, dekhna shuru karna ji. ਜੀ ਜਦੋਂ ਵੀ ਆਪਾਂ ਸੁਣਦੇ ਜੇ ਬੋਲਦੇ ਨਹੀਂ ਹਾਂ, ਅਤੇ ਜਦੋਂ ਵੀ ਸੁਣਦੇ ਹਾਂ ਤਾਂ ਜ਼ਰੂਰ ਨੇਤਰ ਬੰਦ ਕਰਕੇ ਪਰਵਟਿਆਂ ਦੇ ਵਿਚਕਾਰ ਧਿਆਨ ਰੱਖਣਾ। ਹਾਂਜੀ, ਹਾਂ, ਕਿ ਤਮਾਸ਼ਾ ਵੱਖਰਾ ਹੈ। ਇਸ ਤਮਾਸ਼ੇ ਵਿੱਚ ਇਹ ਦੱਸਿਆ ਜਾਂਦਾ ਹੈ, ਹੋਕਾ ਦਿੱਤਾ ਜਾਂਦਾ ਹੈ ਕਿ ਪਹਿਲਾਂ ਤਾਂ ਤੈਨੂੰ ਤੁਰਦੇ ਰਹਿਣਾ ਪੈਣਾ ਹੈ, ਅਤੇ ਉਸ ਤੁਰਦੇ ਰਹਿਣ ਦੀ ਕਿਰਿਆ ਨੂੰ ਉਮਰ ਆਖਦੇ ਹਨ। ਇਸ ਤਮਾਸ਼ੇ ਵਿੱਚ ਇੱਕ ਪਾਸਿਓਂ ਪ੍ਰਵੇਸ਼ ਕਰੀਦਾ ਅਤੇ ਦੂਜੇ ਪਾਸਿਓਂ ਬਾਹਰ ਨਿਕਲ ਜਾਈਦਾ, ਇਸ ਤੁਰਨ ਦੀ ਕਿਰਿਆ ਨੂੰ ਉਮਰ ਆਖਦੇ ਹਾਂ। ਹਾਂਜੀ, ਨਾਲ ਦੱਸਿਆ ਜਾਂਦਾ ਹੈ ਕਿ ਇੱਥੇ ਤੁਰਦੇ ਰਹਿਣ ਲਈ ਤੈਨੂੰ ਕੋਈ ਕੰਮ ਕਰਨਾ ਪੈਣਾ ਹੈ। ਤੁਰਦੇ ਰਹਿਣ ਲਈ ਤੈਨੂੰ ਤੁਰਨਾ ਪੈਣਾ ਹੈ, ਕਿਉਂਕਿ ਤੂੰ ਇੱਕ ਦਿਨ ਇਸ ਤਮਾਸ਼ੇ ਵਿੱਚੋਂ ਬਾਹਰ ਜ਼ਰੂਰੀ ਨਿਕਲਣਾ ਹੈ, ਅਤੇ ਤੁਰਦੇ ਰਹਿਣ ਲਈ ਤੈਨੂੰ ਕੋਈ ਕੰਮ ਕਰਨਾ ਪੈਣਾ ਹੈ, ਪੈਸੇ ਚਾਹੀਦੇ ਹਨ। ਹੁਣ ਸਮਝਣਾ ਜੀ, ਕੰਮ ਕਰਨਾ ਪੈਣਾ ਹੈ। ਹੁਣ ਇਹਦੇ ਲਈ ਕੀ ਕੀਤਾ ਜਾਂਦਾ ਹੈ ਕਿ ਕੰਮ ਸਿਖਾਏ ਜਾਂਦੇ ਹਨ, ਵੱਖਰੇ ਵੱਖਰੇ ਤਰ੍ਹਾਂ ਦੇ ਇਸ ਤਮਾਸ਼ੇ ਵਿੱਚ ਕੰਮ ਹਨ ਜੋ ਕਰਕੇ ਹਰ ਕੋਈ ਪੈਸਾ ਕਮਾ ਸਕਦਾ, ਰੋਟੀ ਖਾਣ, ਕੱਪੜੇ ਲਈ, ਅਤੇ ਉਹਦੇ ਵਾਸਤੇ ਸਕੂਲ ਖੋਲ੍ਹੇ ਗਏ ਹਨ। ਠੀਕ ਹੈ ਨਾ, ਉਹਦੇ ਵਾਸਤੇ ਥਾਂ ਥਾਂ 'ਤੇ ਸਕੂਲ ਖੋਲ੍ਹੇ ਗਏ ਹਨ, ਔਰ
ਇਸ ਚੀਜ਼ ਨੂੰ ਸਮਝ ਲੈਣਾ, ਇੱਥੇ ਬਹੁਤ ਇੱਕ ਗਹਿਰਾ ਭੇਦ ਹੈ। ਇੱਥੋਂ ਨਾਲ ਹੀ ਇਹ ਸਮਝ ਆਉਂਦੀ ਕਿ ਜੇ ਮੈਨੂੰ ਕੰਮ ਕਰਨਾ ਪੈਣਾ ਤਾਂ ਇਹਦਾ ਮਤਲਬ ਮੈਨੂੰ ਦੂਜਿਆਂ ਦੇ ਨਾਲ ਮੇਰਾ ਵਾਹ ਪੈਣਾ, ਦੂਜਿਆਂ ਦੇ ਨਾਲ ਮੇਰਾ ਵਾਹ ਪੈਣਾ। ਅਤੇ ਜਦੋਂ ਦੂਜਿਆਂ ਦੇ ਨਾਲ ਮੇਰਾ ਵਾਹ ਪਿਆ ਤਾਂ ਮੈਂ ਵੀ ਤਮਾਸ਼ੇ ਦਾ ਇੱਕ ਹਿੱਸਾ ਬਣ ਜਾਣਾ, ਮੈਂ ਵੀ ਤਮਾਸ਼ੇ ਵਿੱਚ ਇੱਕ ਐਕਟਰ ਬਣ ਜਾਣਾ। ਸੋ ਐਕਟਿੰਗ ਸਿੱਖਣੀ ਪੈਂਦੀ ਹੈ, ਸਿੱਖਣੀ ਪੈਂਦੀ ਹੈ, ਇਸ ਨੂੰ ਧਿਆਨ ਨਾਲ ਸਮਝਣਾ ਜੀ। When we hear the announcement that in order to keep walking in this bazaar of the show, and you must keep walking because one day you have to exit this show, and in order to keep walking you need food, clothes, roof, etc., and for that you need money, and to earn money you have to work, and when you would be working in the show you would have to deal with others. And to deal with others is difficult. Dukh jamman, dukh maran, dukh vartan sansar. So now, what one starts understanding that this show is not just to watch. I have to become an actor in this show. Because in order to keep walking, I have to work, earn money, means I have to deal with others, and I have to learn how to deal with others. Now, we become part of the show. We become part of the show. And what is happening in the show? Everybody is acting. So we start learning acting. Even when we are very young, the children start learning from their parents, from their from others, and this is how their habits become, acting in a certain way. And now, without knowing, we are becoming part of the show. Please understand how adroitly, how cleverly
we are made to become involved in the show. So, kam karna paina hai. So, kam sikhna paina hai. Te ode layi school jana paina hai. Te naale kam kardeyan dujjeyan de naal vaah paina hai. Te oh vi sikhna hai. Ke dujjeyan naal kis tarah vihar karna. So, ki matlab? Ke aap ਆਪਾਂ ਨੂੰ ਹੁਣ ਉਸ ਤਮਾਸ਼ੇ ਦਾ ਇੱਕ ਹਿੱਸਾ ਬਣਾ ਦਿੱਤਾ ਜਾਂਦਾ ਕਿ ਤੂੰ ਵੀ ਤਮਾਸ਼ੇ ਦੇ ਵਿੱਚ ਸ਼ਾਮਿਲ ਹੋਣਾ ਦੈਟ ਯੂ ਹੈਵ ਟੂ ਬਿਕਮ ਇਨਵੋਲਵਡ ਇਨ ਦਿਸ ਸ਼ੋ ਐਂਡ ਐਵਰੀਬਾਡੀ ਐਂਡ ਦਿਸ ਇਜ਼ ਅ ਸ਼ੋ ਇਟਸ ਬੀਇੰਗ ਸੈਡ all the time in loud voice that this is a show, this is a show, acting, acting. Now you have to act too. And we start learning acting. Even when we are very small, we start learning from our parents, their habits, and that's acting. ਐਂਡ ਕਿੰਨਾ ਕਿੰਨੇ ਕਿਹੋ ਜਿਹੇ ਤਰੀਕੇ ਨਾਲ ਆਪਾਂ ਨੂੰ ਉਸ ਤਮਾਸ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਤਮਾਸ਼ੇ ਵਿੱਚ ਐਕਟਿੰਗ ਕਰਨ ਨੂੰ ਲੈ ਲਿਆ ਜਾਂਦਾ ਹੈ ਅਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਇਹ ਕੀ ਹੋਇਆ ਮੇਰੇ ਨਾਲ ਪਰ ਇਹ ਕੋਈ ਧੋਖਾ ਨਹੀਂ ਹੈ ਹੁਣ ਇੱਥੇ ਇਹ ਹੋਕਾ ਲਗਾਤਾਰ ਕਿ ਤਮਾਸ਼ਾ ਹੈ ਤਮਾਸ਼ਾ ਹੈ ਤਮਾਸ਼ਾ ਹੈ ਅਤੇ ਇੱਥੇ ਇੱਕ ਹੋਕਾ ਦਿੱਤਾ ਜਾਂਦਾ ਹੈ ਕਿ ਇਹ ਜਿਹੜਾ ਬਾਜ਼ਾਰ ਹੈ ਜਿਸ ਵਿੱਚ ਇੱਥੋਂ ਤੱਕ ਸਕੂਲ ਜਾਣ ਤੱਕ ਸਾਰੇ ਹੀ ਇੱਕੋ ਬਾਜ਼ਾਰ ਵਿੱਚ ਜਾ ਰਹੇ ਹਨ ਅੱਗੇ ਜਾ ਕੇ ਇਹ ਬਾਜ਼ਾਰ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ ਜੇ ਸਮਝਣਾ ਕਹਾਣੀ ਕੀ ਹੈ ਹੁਣ ਆਪਾਂ ਨੂੰ ਐਕਟਰ ਬਣਾ ਦਿੱਤਾ ਜਾਂਦਾ ਹੈ ਅਤੇ ਜਿਹੜਾ ਵੀ ਆਪਾਂ ਕੰਮ ਐਕਟ ਕਰੀਏ ਕੜੀ ਮੁੜੀ ਕੜੀ ਮੁੜੀ ਕੜੀ ਮੁੜੀ ਐਕਟ ਕਰੀਏ ਅਤੇ ਉਹੀ ਆਪਾਂ ਬਣ ਜਾਂਦੇ ਹਾਂ ਇਨ ਰਿਐਲਿਟੀ ਕਰ ਕਰ ਕਰਨਾ ਲਿਖ ਲੈ ਜਾਓ ਐਂਡ ਵਟ ਐਵਰ So we are involved in the show now and we start acting and we start and we keep doing the same acting day after day after day after day and that becomes our personality.
ਇਸ ਚੀਜ਼ ਨੂੰ ਜੀ ਸਮਝਣਾ, ਦੈਟ ਬਿਕਮਸ ਆਵਰ ਪਰਸਨੈਲਿਟੀ ਐਂਡ ਦਾ ਗੇਮ ਇਜ਼ that by the time your time comes to exit the show, what type of personality you have become. ਹੁਣ ਜਦੋਂ ਆਪਾਂ ਨੂੰ ਐਕਟਿੰਗ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਆਪਾਂ ਕੜੀ ਮੁੜੀ ਉਹੀ ਐਕਟਿੰਗ ਕਰਦੇ ਰਹਿੰਦੇ ਹਾਂ, ਰਿਸ਼ਤਿਆਂ ਦੀ ਸਾਰੀ ਐਕਟਿੰਗ ਹੈ ਨਾ, ਇੱਕ ਕਮਰੇ ਵਿੱਚ ਮਾਂ ਬੈਠੀ ਹੈ ਉਹਨੂੰ ਮਿਲਦੇ ਹਾਂ ਤੇ ਹੋਰ ਤਰ੍ਹਾਂ ਦਾ ਆਪਣਾ ਵਤੀਰਾ ਹੈ, ਦੂਜੇ ਕਮਰੇ 'ਚ ਧੀ ਬੈਠੀ ਹੈ ਉਹਨੂੰ ਮਿਲਦੇ ਹਾਂ ਹੋਰ ਤਰ੍ਹਾਂ ਦਾ ਵਤੀਰਾ ਹੈ, ਐਕਟਿੰਗ ਹੋ ਰਹੀ ਨਾ, ਤੇ ਕਿਉਂਕਿ ਉਹ ਲਗਾਤਾਰ ਐਕਟਿੰਗ ਹੋ ਰਹੀ ਹੈ ਇਸ ਲਈ ਆਪਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਐਕਟਿੰਗ ਹੋ ਰਹੀ, ਆਪਾਂ ਸੱਚੀ ਮੁੱਚੀ ਸਮਝ ਲੈਂਦੇ ਹਾਂ। ਅਤੇ ਜਿਹੜੀ ਕੜੀ ਮੁੜੀ ਐਕਟਿੰਗ ਕਰਦੇ ਹਾਂ ਆਪਾਂ ਉਹੀ ਬਣ ਜਾਂਦੇ ਹਾਂ। ਅਤੇ ਗੇਮ ਹੈ ਕਿ ਜਦੋਂ ਆਪਾਂ ਨੂੰ ਇਸ ਸ਼ੋਅ ਵਿੱਚੋਂ ਬਾਹਰ ਜਾਣਾ ਪੈਣਾ, ਉੱਥੇ ਕਿਹੋ ਜਿਹੀ ਸ਼ਖਸੀਅਤ ਬਣ ਗਏ। ਜੇ ਸੋਹਣੀ ਸ਼ਖਸੀਅਤ ਬਣ ਗਏ ਹਾਂ ਤੇ ਆਪਾਂ ਬਾਜੀ ਜਿੱਤ ਕੇ ਜਾ ਰਹੇ ਹਾਂ। ਸੋ ਇਹ ਸਾਰੀ ਜਿਹੜੀ ਯਾਤਰਾ ਹੈ ਸ਼ੋਅ ਦੇਖਣ ਦੀ, ਸ਼ੋਅ ਦੀ ਤੇ ਇਹਦੇ ਵਿੱਚ ਸ਼ਾਮਿਲ ਹੋਣ ਦੀ, ਇਹਦਾ ਮਤਲਬ ਇੱਕੋ ਜਿਹਾ ਹੈ, ਇੱਕੋ ਹੀ ਹੈ ਕਿ ਆਪਾਂ ਇਹ ਸ਼ੋਅ ਕਰਦਿਆਂ ਕਿਹੋ ਜਿਹੇ ਬਣ ਗਏ। ਜੇ ਸੋਹਣੇ ਬਣ ਗਏ ਹਾਂ ਤੇ ਆਪਾਂ ਬਾਜੀ ਜਿੱਤ ਗਏ। ਇੱਥੇ ਇੱਕ ਚੀਜ਼ ਸਮਝ ਆਉਂਦੀ ਹੈ ਕਿ ਜਿਹੜਾ ਸ਼ੁਰੂ ਵਿੱਚ ਦੱਸਿਆ ਗਿਆ ਸੀ ਕਿ ਤਮਾਸ਼ਾ ਹੈ, ਤੂੰ ਤਮਾਸ਼ੇ 'ਚ ਆਇਆ ਹੈ, ਅਤੇ ਮੈਂ ਸਮਝ ਰਿਹਾ ਸੀ ਕਿ ਵਧੀਆ ਹੈ ਬੈਠ ਕੇ ਤਮਾਸ਼ਾ ਦੇਖਾਂਗੇ। ਅੱਜ ਸਮਝ ਆਈ ਕਿ ਅੱਜ ਜਿਹੜੇ ਤਮਾਸ਼ੇ ਜਿਹੜੇ ਸਾਰੇ ਤਮਾਸ਼ਾ ਕਰ ਰਹੇ, ਜਿਹਨੂੰ ਤਮਾਸ਼ਾ ਕਿਹਾ ਜਾ ਰਿਹਾ, ਇਹ ਸਾਰੇ ਤਮਾਸ਼ਾ ਦੇਖਣ ਹੀ ਆਏ ਸੀ ਅਤੇ ਵਿੱਚ ਫਸ ਗਏ, ਵਿੱਚ ਇਹਨਾਂ ਨੂੰ ਫਸਾ ਦਿੱਤਾ ਗਿਆ। ਤੇ ਮੈਂ ਵੀ ਸਮਝਿਆ ਸੀ ਕਿ ਇਹ ਤਾਂ ਬਹੁਤ ਵਧੀਆ ਕੰਮ ਹੈ ਤਮਾਸ਼ੇ ਦੇਖਣਾ, ਅਤੇ ਹੁਣ ਸਮਝ ਆਈ ਕਿ ਇਹਦੇ ਵਿੱਚ ਜਾਣਾ ਪੈਂਦਾ ਤਮਾਸ਼ੇ ਵਿੱਚ। ਵੀ ਕਮ ਟੂ ਅੰਡਰਸਟੈਂਡ ਦੈਟ ਆਲ ਦਾ ਐਕਟਰਸ ਇਨ ਦਾ ਸ਼ੋ ਦੇ ਟੂ ਕੇਮ ਇਨ ਦਾ ਸ਼ੋ ਟੂ ਵਾਚ ਦਾ ਸ਼ੋ, but they were very adroitly made to act in the show, and they have become the show. The same thing is happening with me.
ਹੁਣ ਇੱਥੇ ਇੱਕ ਹੋਕਾ ਦਿੱਤਾ ਜਾਂਦਾ ਹੈ ਕਿ ਇਹ ਬਾਜ਼ਾਰ ਅੱਗੇ ਜਾ ਕੇ ਦੋ ਬਾਜ਼ਾਰਾਂ ਵਿੱਚ ਵੰਡਿਆ ਜਾਣਾ ਹੈ। ਇੱਕ ਬਾਜ਼ਾਰ ਵਿੱਚ ਉਹਨਾਂ ਨੂੰ ਭੇਜਿਆ ਜਾਣਾ ਹੈ ਜਿਨ੍ਹਾਂ ਨੂੰ ਸੁਣਦਾ ਅਤੇ ਦਿਸਦਾ ਹੈ, ਜਿਨ੍ਹਾਂ ਨੂੰ ਸੁਣਦਾ ਅਤੇ ਦਿਸਦਾ ਹੈ। ਦੂਸਰੇ ਬਾਜ਼ਾਰ ਵਿੱਚ ਜਿਨ੍ਹਾਂ ਨੂੰ ਕੁਝ ਸੁਣਦਾ ਅਤੇ ਦਿਸਦਾ ਨਹੀਂ, ਸੁਣਦਾ ਅਤੇ ਦਿਸਦਾ ਹੈ। ਨਾਓ ਅਨਾਊਂਸਮੈਂਟ ਵੀ ਸਟਾਰਟ ਹੀਅਰਿੰਗ that up to this point, up to the school point, everybody was walking on one bazaar, but now a little further along the way, this one bazaar is going to be divided into two bazaars. In one bazaar, those people would be asked to go who are listening to the announcements and who are seeing, who are listening to the announcements and who are seeing what is being announced. And the sign that they are listening is that whatever is being announced, if you listen to that and you feel that what is being said, that means that you are listening and you are seeing. ਹਾਂਜੀ, ਸਮਝਣਾ ਜੀ, ਹੁਣ ਇੱਥੇ ਕਿੱਡਾ ਵੱਡਾ ਭੇਦ ਦੱਸਿਆ ਜਾ ਰਿਹਾ ਕਿ ਸੁਣਨਾ ਸਿਰਫ ਕੰਨਾਂ ਨਾਲ ਸੁਣਨਾ ਨਹੀਂ। ਸੁਣਨਾ ਦਾ ਮਤਲਬ ਹੈ ਕਿ ਜੋ ਕਿਹਾ ਗਿਆ ਹੈ ਉਹਨੂੰ ਮਹਿਸੂਸ ਕਰਨਾ। ਜੇ ਕਿਹਾ ਗਿਆ ਹੈ ਕਿ ਜਿਹੜਾ ਸਮਾਨ ਹੈ ਇਹਦਾ ਕੋਈ ਹੱਦ ਬੰਨਣਾ ਨਹੀਂ, ਫਿਰ ਅੱਖਾਂ ਬੰਦ ਕਰਕੇ ਮਹਿਸੂਸ ਕਰਨਾ ਕਿ ਇਹ ਅਸਮਾਨ ਜਿਹੜਾ ਹੈ ਇਹ ਅਨੰਤ ਹੈ, ਉਹ ਸੁਣਿਆ ਗਿਆ। ਜੇ ਕਿਹਾ ਗਿਆ ਹੈ ਕਿ ਫੁੱਲ ਬਹੁਤ ਸੋਹਣੇ ਹਨ ਤੇ ਆਪਾਂ ਜਦੋਂ ਫੁੱਲਾਂ ਵੱਲ ਦੇਖਦੇ ਹਾਂ ਤੇ ਜੇ ਆਪਾਂ ਨੂੰ ਬਹੁਤ ਸੋਹਣੇ ਲੱਗਦੇ ਹਨ ਤੇ ਆਪਾਂ ਨੂੰ ਸੁਣ ਗਿਆ ਹੈ। ਜੇ ਆਪਾਂ ਮਹਿਸੂਸ ਕਰਦੇ ਸੋਹਣੇ ਲੱਗਣ ਦਾ ਉਹ ਹੋਰ ਵਿਸ਼ਾ ਹੈ ਕਿ ਕਿਸ ਤਰ੍ਹਾਂ ਆਪਾਂ ਨੂੰ ਪਤਾ ਲੱਗੇ ਕਿ ਸੋਹਣੇ ਲੱਗਦੇ ਆ। ਆਪਾਂ ਦੇਖਦੇ ਹਾਂ, ਆਪਾਂ ਨੂੰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ, ਦੇਖ ਲਿਆ ਫੁੱਲਾਂ ਵੱਲ, ਪਰ ਕਿਤੇ ਫੁੱਲ ਖਿਲਾਰਦੇ ਨਹੀਂ ਹਨ ਕਿ ਆ ਬੈਠ ਮੇਰੇ ਨਾਲ ਗੱਲਾਂ ਕਰ। ਜਿਹੜਾ ਕੋਈ ਸੋਹਣਾ ਲੱਗੇ ਉਹਦੇ ਨਾਲ ਉਹਦੇ ਕੋਲ ਬੈਠਣ ਨੂੰ ਜੀ ਕਰਦਾ,
ਉਹਦੇ ਨਾਲ ਗੱਲਾਂ ਕਰਨ ਨੂੰ ਜੀ ਕਰਦਾ, ਸੋ ਆਪਾਂ ਨੂੰ ਸੁਣਿਆ ਨਹੀਂ ਹੁੰਦਾ। ਤੇ ਹੁਣ ਸਮਝਣਾ ਜੀ, ਮਹਾਰਾਜ ਜੀ ਸੇਇੰਗ ਦੈਟ ਯੂ ਆਰ ਲਿਸਨਿੰਗ ਟੂ ਮੀ ਇਫ ਯੂ ਆਰ ਫੀਲਿੰਗ ਵਟ ਆਈ ਐਮ ਸੇਇੰਗ ਐਂਡ ਨਾਓ ਹੀ ਗਿਵਸ ਅਸ ਦ ਟੈਸਟ, ਨਾਟ ਟੈਸਟ ਬਟ ਲੈਟ ਸੀ ਵਟ ਅਨਾਊਂਸਮੈਂਟ ਇਜ ਬੀਇੰਗ ਮੇਡ। ਕਹਿੰਦੇ ਨਾਏ ਸੁਣਿਆ ਮਨ ਰਹਿਸੀਐ, ਨੇਤਰ ਬੰਦ ਕਰਕੇ ਜੀ, ਨੇਤਰ ਬੰਦ ਕਰਕੇ ਪਰਵੱਟਿਆਂ ਦੇ ਵਿਚਕਾਰ ਧਿਆਨ ਲਾ ਕੇ ਤੇ ਇਹ ਗਾਉਣਾ, ਨਾਏ ਸੁਣੀਏ ਰੱਬ ਦੀ ਗੱਲ ਸੁਣਨ ਨਾਲ। ਉਹ ਜੋ ਹੋਕਾ ਦਿੱਤਾ ਜਾ ਰਿਹਾ ਉਹ ਰੱਬ ਬੋਲ ਰਿਹਾ ਹੈ, ਗੁਰੂ ਰੱਬ ਹੈ। ਰੱਬ ਕਹਿ ਰਿਹਾ ਹੈ ਕਿ ਜੇ ਤੁਹਾਨੂੰ ਮੇਰੀ ਗੱਲ ਸੁਣਦੀ ਹੈ ਤੇ ਤੁਹਾਡੇ ਅੰਦਰ ਨਾਏ ਸੁਣਿਆ ਮਨ ਰਹਿਸੀਐ, ਨਾਮੇ ਸ਼ਾਂਤ ਆਈ। ਕਹਿੰਦੇ ਜੇ ਤੁਹਾਨੂੰ ਮੇਰੀ ਗੱਲ ਸੁਣ ਰਹੀ ਹੈ ਤੇ ਉਹਦੀ ਨਿਸ਼ਾਨੀ ਹੋਵੇਗੀ ਕਿ ਤੁਹਾਡਾ ਅੰਦਰ ਸ਼ਾਂਤ ਹੋ ਰਿਹਾ ਤੇ ਤੁਹਾਡਾ ਅੰਦਰ ਖੁਸ਼ ਖੁਸ਼ ਜਿਹਾ ਮਹਿਸੂਸ ਹੋਣ ਲੱਗਾ। ਆਪਾਂ ਇੱਕ ਮਿੰਟ ਇਹਨੂੰ ਗਾਉਣਾ ਤੇ ਨਾਲ ਮਹਿਸੂਸ ਕਰਨਾ ਕਿ ਕੀ ਆਪਣੇ ਅੰਦਰ ਸ਼ਾਂਤੀ ਆ ਰਹੀ ਕਿ ਨਹੀਂ। ਮਹਾਰਾਜ ਜੀ ਸੇਇੰਗ ਦੈਟ ਇਫ ਯੂ ਆਰ ਲਿਸਨਿੰਗ ਟੂ ਮੀ ਦੈਨ ਇਟ ਮੀਨਸ ਦੈਨ ਵਟ ਐਵਰ ਆਈ ਐਮ ਸੇਇੰਗ ਯੂ ਵਿਲ ਸਟਾਰਟ ਬੀਕਮਿੰਗ ਪੀਸਫੁਲ ਬਾਈ ਲਿਸਨਿੰਗ ਐਂਡ ਯੂਰ ਐਂਡ a joy would start arising within you. Now let us keep singing this and listening to this and see if we feel that. Jo ke jadon apan gaunde ha te naal sunde ha ki guru ne aa kiya te main sun reha te main dekhna mainu shanti aundi. ਪੂਰਾ ਧਿਆਨ ਲਾ ਕੇ ਅਤੇ ਪੂਰੀ ਇਕਾਗਰਤਾ ਨਾਲ, ਜੇ ਬੱਧੋ ਰੁੱਧੇ ਨਹੀਂ ਫਿਰ ਨਹੀਂ ਕੁਛ ਵੀ ਹੋਣਾ, ਜੇ ਆਪਾਂ ਪੂਰੇ ਹਾਜ਼ਰ ਨਹੀਂ ਹਾਂ ਤਾਂ ਕੁਛ ਨਹੀਂ ਹੋਣਾ। ਨਾ ਸੁਣਿਆ ਮਨ ਰਹਿਸੀਐ, ਨਾ ਮੈਂ ਸ਼ਾਂਤ ਆਈ, ਨਾ ਸੁਣਿਆ ਮਨ ਰਹਿਸੀਐ, ਨਾ ਮੈਂ ਸ਼ਾਂਤ ਆਈ।
ਨਾਏ ਸੁਣਿਆ ਮਨ ਰਹਿਸੀਆ ਨਾ ਮੈਂ ਸ਼ਾਂਤ ਆਈ। As I listen to the Guru, I am becoming more and more peaceful. Na main shant aayi, na main shant aayi. Please feel your tummy area. That's where you will find if you are becoming peaceful. ਆਪਣੇ ਪੇਟ 'ਤੇ ਪੇਟ ਨੂੰ ਮਹਿਸੂਸ ਕਰਨਾ, ਉੱਥੋਂ ਪਤਾ ਲੱਗੂ ਕਿ ਆਪਾਂ ਸ਼ਾਂਤ ਹੋ ਰਹੇ ਕਿ ਨਹੀਂ। ਨਾ ਮੈਂ ਸ਼ਾਂਤ ਆਈ, ਨਾ ਮੈਂ ਸ਼ਾਂਤ ਆਈ, ਨਾ ਮੈਂ ਸ਼ਾਂਤ ਆਈ। ਹਾਂਜੀ, ਆਪਾਂ ਹੁਣ ਉੱਧਰ ਨੂੰ ਤੁਰਨਾ, ਉਸ ਪਿੰਡ ਜਾਣਾ ਜਿੱਥੇ ਸ਼ਾਂਤੀ ਆਉਂਦੀ। ਇਸ ਪਿੰਡ ਨਹੀਂ ਰਹਿਣਾ ਜਿੱਥੇ ਅਸ਼ਾਂਤ ਰਹਿੰਦੇ ਹਾਂ ਅਤੇ ਦੁਖੀ ਰਹਿੰਦੇ ਹਾਂ। Now, let us please continuously start moving towards the village where or towards the sound by listening of which we become peaceful towards that sound. Now, hun samjhna ji sunne di mahatta, sunne di vadiyai. Now, we should start understanding the beauty, the glory. Of capacity of listening to the Guru. As main al sada ਲੱਗਦਾ ਨਹੀਂ ਦਿਲ ਹੁਣ, ਨੀ ਮੈਂ ਸਾਨੂੰ ਕਾਲੀ ਜਿਹੀ ਪਵੇ, ਖਿੜ ਪੁੱਛਦੀ ਸਾਂ ਅੱਜ ਨਾ ਕੋਲ ਹੋ ਕੇ ਅੰਮੀ ਐਨੀ ਗੱਲੋਂ ਕਿਹੜੀਆਂ ਵੈਰਾਗੇ ਨੇ ਗਏ। ਵਾਈ ਮਾਈ ਡੋਰਸ ਆਰ ਸੈਡ, ਖੇਡ ਨਾ ਵੇ ਸਕੇ ਕਦੇ ਫੁੱਲ ਸੋ ਇਲਾਹੀ ਤੁਸੀਂ, ਰੰਗ ਸੂਹੇ ਕਿਸ khone le. Oh, my eyes, my ears, my tongue, you are the divine flowers. Who took away your beauty?
your divine colors, love, who took away the beauty, the fragrance, the color of yours. It's signaling that our mind is occupying. And ਬਹੁਤ ਵੀ ਬੇਸੀ ਆਪਾਂ ਦੋ ਤਿੰਨ ਵਾਰ ਨਾ ਸੁਣ ਕੇ ਸਮਝਣਾ ਤੇ ਬੇਹੱਦ ਰੋਮਾਂਚਕ ਰਹੱਸਮਈ ਤੇ ਡੂੰਘੇ ਭੇਦਾਂ ਦਾ ਪਤਾ ਲੱਗੂ ਐਜ਼ ਵੀ ਲਿਸਨ ਇਟ ਟੂ ਇਟ ਅਗੇਨ ਐਂਡ ਅਗੇਨ ਵੀ ਵੁੱਡ ਸਟਾਰਟ ਫੀਲਿੰਗ ਇਟ ਦੈਟ ਦਿਸ ਇਜ਼ ਵੈਰੀ ਰੋਮੈਂਟਿਕ ਵੈਰੀ ਇੰਟਰਸਟਿੰਗ ਐਂਡ ਫੁੱਲ ਆਫ ਸੀਕ੍ਰੇਟਸ ਆਪਣਾ ਖਿਆਲ ਰੱਖਿਓ ਵਾਹਿਗੁਰੂ ਰੱਬ ਰੱਖ